ਪੰਜਾਬੀ ਗਾਇਕ ਦਲੇਰ ਮਹਿੰਦੀ ਨੇ ਕੀਰਤਨ ਕਰਨਾ ਕਿਉਂ ਛੱਡਿਆ ਜਾਂ ਕੀਰਤਨ ਕਰਦਿਆਂ ਕਰਦਿਆਂ ਉਹ ਗਾਇਕੀ ਦੇ ਸਫ਼ਰ ਵੱਲ ਕਿਵੇਂ ਮੁੜੇ ਇਹ ਸਵਾਲ ਤੇ ਇਸ ਦਾ ਜਵਾਬ ਅੱਜ ਕੱਲ੍ਹ ਸੋਸ਼ਲ ਮੀਡੀਆ ਉੱਪਰ ਘੁੰਮ ਰਿਹਾ ਹੈ ਅਤੇ ਗਾਇਕ ਦਲੇਰ ਮਹਿੰਦੀ ਵੱਲੋਂ ਇਸ ਬਾਰੇ ਦਿੱਤੇ ਜਵਾਬ ਨੇ ਨੁਮਾਇੰਦਾ ਸਿੱਖ ਸੰਸਥਾਵਾਂ ਦੇ ਸਾਹਮਣੇ ਵੱਡਾ ਸਵਾਲ ਖੜਾ ਕਰ ਦਿੱਤਾ ਹੈ ਇਸ ਜਵਾਬ ਨੇ ਸਭ ਨੂੰ ਲਾਜਵਾਬ ਕਰ ਦਿੱਤਾ ਹੈ ਅਸਲ ਵਿੱਚ ਭਾਈ ਬਲਦੀਪ ਸਿੰਘ ਨਾਲ ਲਾਈਵ ਗੱਲਬਾਤ ਦੌਰਾਨ ਦਲੇਰ ਮਹਿੰਦੀ ਗੱਲਾਂ ਗੱਲਾਂ ਵਿੱਚ ਆਪਣੇ ਅਤੀਤ ਦੀਆਂ ਕੁਝ ਗੱਲਾਂ ਸਾਂਝੀਆਂ ਕਰਦਿਆਂ ਇਹ ਵੱਡਾ ਖੁਲਾਸਾ ਕਰ ਗਏ ਕਿ ਜੇ ਉਹ ਕੀਰਤਨ ਕਰਦੇ ਰਹਿੰਦੇ ਤਾਂ ਅੱਜ ਦਲੇਰ ਮਹਿੰਦੀ ਨਾ ਹੁੰਦੇ ਇਸ ਬਾਰੇ ਇੱਕ ਕਿੱਸਾ ਉਹਨਾਂ ਵੱਲੋਂ ਸੁਣਾਇਆ ਗਿਆ ਜੋ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਆਮ ਘੁੰਮ ਰਿਹਾ ਹੈ ਪਰ ਇਸਦਾ ਇੱਕ ਇੱਕ ਸ਼ਬਦ ਰਾਗੀ ਸਿੰਘਾਂ ਅਤੇ ਕੀਰਤਨੀਆਂ ਦੀ ਵੱਡੀ ਤਰਾਸਦੀ ਬਿਆਨ ਕਰਦਾ ਹੈ ਦਲੇਰ ਮਹਿੰਦੀ ਨੇ ਇੱਕ ਧਾਰਮਿਕ ਆਗੂ ਦੇ ਮੁੰਡੇ ਦੇ ਵਿਆਹ ਵਿੱਚ ਖੁਦ ਵੱਲੋਂ ਕੀਤੇ ਕੀਰਤਨ ਅਤੇ ਉਸੇ ਵਿਆਹ ਵਿੱਚ ਗਾਏ ਇੱਕ ਗੀਤ ਦਾ ਹਵਾਲਾ ਦੇ ਬਹੁਤ ਵੱਡੀ ਅਤੇ ਤਲਖ ਸੱਚਾਈ ਨੂੰ ਉਜਾਗਰ ਕੀਤਾ ਹੈ ਕਿ ਕਿਵੇਂ ਪੂਰਾ ਦਿਨ ਕੀਰਤਨ ਕਰਕੇ ਉਹਨਾਂ ਦੇ ਪੱਲੇ ਮਹਿਜ 100 ਤੋਂ 150 ਰੁਪਏ ਪਏ ਪਰ ਸ਼ਾਮ ਨੂੰ ਗਾਏ ਇੱਕ ਗੀਤ ਵਿੱਚ ਉਹਨਾਂ ਦੇ ਸਿਰ ਤੇ ਉਹੀ ਧਾਰਮਿਕ ਆਗੂ 500-500 ਦੇ ਨੋਟ ਵਾਰਦਾ ਰਿਹਾ ਸ਼ੁਰੂ ਹੀ ਰਾਗ ਤੋਂ ਕਰੋ ਇਹ ਰਾਗ ਛਿੜਦਾ ਹੈ ਤੇ ਮਨ ਨੂੰ ਇੰਨੀ ਖੁਸ਼ੀ ਮਿਲਦੀ ਲੱਗਦਾ ਕਿ ਮੇਰੇ ਆਲਾ ਦੁਆਲਾ ਇੰਨਾ ਵੱਡਾ ਹੋ ਗਿਆ ਪਾਵਰ ਇੰਨੀ ਵੱਡੀ ਬਣ ਗਈ ਹੈ ਇਹ ਚੀਜ਼ਾਂ ਨੂੰ ਸਾਨੂੰ ਹਜੇ ਤਾਂ ਮੈਂ ਬਹੁਤ ਸਿੱਖਣਾ ਤੁਹਾਡੇ ਕੋਲ ਵੱਡੇ ਭਰਾ ਸਾਡੇ ਹੋਰ ਸਿੱਖਣਾ ਜਾਣਨਾ ਕਿਉਂਕਿ ਮੈਂ ਤੁਹਾਨੂੰ ਦੱਸਿਆ ਮੈਂ ਕਹਿੰਦੇ ਮੈਨੂੰ ਗੁਰੂ ਮਹਾਰਾਜ ਕੀਰਤਨਾ ਬਣਾ ਤੇ ਫਿਰ ਕੀਰਤਨ ਦਾ ਮੇਰਾ ਇਹ ਹਾਲ ਬੜੀ ਸੋਹਣੀ ਜਿਹੀ ਗੱਲ ਦੱਸਦਾ ਤੁਹਾਨੂੰ ਕਿ ਮੈਂ ਨਾਂ ਨੀ ਲੈਣਾ ਚਾਹੀਦਾ ਉਹ ਹੁਣ ਇਸ ਵਕਤ ਵੱਡੇ ਵੱਡੇ ਬਹੁਤ ਵੱਡੇ ਗੁਰਦੁਆਰੇ ਦਾ ਇਸ ਵਕਤ ਪ੍ਰਧਾਨ ਬਣਾਇਆ ਬੰਦਾ ਮੈਂ ਕੀਰਤਨ ਕਰ ਰਿਹਾ ਤੇ ਉਹਦੇ ਮੁੰਡੇ ਦਾ ਵਿਆਹ ਤੇ ਮੈਂ ਸਵੇਰੇ ਕੀਰਤਨ ਕੀਤਾ ਭਾਈ ਅਮਰਜੀਤ ਸਿੰਘ ਦੇ ਨਾਲ 6:30 ਤੇ ਤੇ ਉਹਨੇ ਜੀ ਬੈਲ ਦਾ 10 ਵਜੇ ਤਿਆਰ ਹੋ ਕੇ ਬੈਠੇ ਹੋਏ ਬਰਾਤ ਆਣੀ ਹੈ ਜੀ ਆਣੀ ਹੈ 2:30-3 ਵਜੇ ਬਰਾਤ ਪਹੁੰਚੀ ਹੈ ਉਸ ਤੋਂ ਬਾਅਦ ਫਿਰ ਰਾਗਿਆਂ ਨੇ ਉਹੀ ਕਰਨਾ ਚਾਹੇ ਲਾਵਾਂ ਫਿਰ ਅਸੀਂ ਪੜੇ ਹੈਗਾ ਸਭ ਕੁਛ ਕੀਤਾ ਹੈਗਾ ਨਾ ਕੋਈ ਨਾਸਤੇ ਨਾ ਕੋਈ ਲੈਣਾ ਦੇਣਾ ਬੈਠੇ ਹੈ ਉਦੋਂ ਗਾ ਗੁ ਕੇ ਮਗਰ ਉਹਨੇ ਸਾਨੂੰ ਪੇਟਾ ਜਿਹੜੀ ਹੈ ਨਾ ਉਦੋਂ ਇਹ ਗੱਲ ਬੜੀ ਗੱਲ ਕਰ ਰਹੇ ਤੁਹਾਨੂੰ ਸ਼ਾਇਦ 92 ਦੀ ਗੱਲ ਕਰ ਰਹੇ ਉਹਨਾਂ ਨੇ ਸਾਡੇ ਪੇਟਾ ਜਿਹੜੀ ਪੂਰੇ ਜਥੇ ਨੂੰ ਉਸ ਟਾਈਮ 500 ਰੁਪਏ ਪੇਟਾ ਦਿੱਤੀ ਤੇ 500 ਵਿੱਚ ਹਿੱਸਾ ਕਿੰਨਾ ਕੁ ਆਉਣਾ 30 ਪੈਸੇ ਹਿੱਸਾ 30% ਮੈਨੂੰ ਆਉਣਾ ਚਲੋ ਜੀ ਸਾਰਿਆਂ ਨੇ ਥੱਕ ਤੁੱਕੇ ਆਓ ਤੁਸੀਂ ਯਕੀਨ ਕਰੋ ਸ਼ਾਮ ਨੂੰ ਉਹਦੇ ਮੁੰਡੇ ਦੀ ਸੀਗੀ ਰਿਸੈਪਸ਼ਨ ਤੇ ਮੇਰੇ ਹਿੱਸੇ ਆਏ ਕੋਈ ਦਿਨੇ ਕੀਰਤਨ ਕਰਕੇ ਕੋਈ 150 ਰੁਪਇਆ ਪੂਰਾ ਆਇਆ ਜੀ ਮੇਰੇ ਹਿੱਸੇ ਜੋ ਮੈਂ ਸ਼ਾਮ ਨੂੰ ਕੀਰਤਨ ਕਰਨ ਗਿਆ ਉਹਦੇ ਘਰ ਪ੍ਰੋਗਰਾਮ ਕਰਨ ਗਿਆ ਉਦੋਂ ਮੇਰਾ ਨਾਮ ਮਤਲਬ ਗਾਣੇ ਗੁਣੇ ਚ ਨਹੀਂ ਸੀਗਾ ਫਿਰ ਮੈਂ ਗਾਣੇ ਗਾ ਲੈਂਦਾ ਸੀਗਾ ਮੈਂ ਜੋ ਗਾਣੇ ਗਾਣ ਗਿਆ ਉੱਥੇ ਮੈਨੂੰ ਮੇਰੇ ਉੱਤੇ ਉਹਨੇ 500-500 ਦੇ ਨੋਟ ਐਵੇਂ ਕਿਤੇ ਬੜਕਾ ਮਾਰ ਮਾਰ ਕੇ ਪ੍ਰਧਾਨ ਸਾਹਿਬ ਨੇ ਤੇ 5000 ਰੁਪਇਆ ਮੈਂ ਕਿਹਾ ਸੱਚੇ ਪਾਤਸ਼ਾਹ ਇਹ ਕਿਹੋ ਜਿਹੇ ਲੋਕ ਨੇ ਇਹ ਕਿੱਦਾਂ ਸਮਾਰਨਗੇ ਵੱਡੀ ਗੱਲ ਦੱਸੀ ਆ ਤੁਸੀਂ ਜਿਹੜਾ ਹਾਂ ਬੜੀ ਇਹ ਸਾਨੂੰ ਰਾਗਿਆਂ ਨੂੰ ਕੀ ਸਮਾਰਨਗੇ ਹੁਣ ਵੀ ਜਿਹੜੇ ਮੇਰੀ ਆਵਾਜ਼ ਨੂੰ ਸੁਣ ਰਹੇ ਹੋ ਜਿਹੜੇ ਬਹੁਤ ਗੁਰਸਿੱਖ ਬਹੁਤ ਪਿਆਰ ਕਰਦਾ ਗੁਰੂ ਸਾਹਿਬ ਨੂੰ ਪਿਆਰ ਕਰਦੇ ਨੇ ਬਹੁਤ ਸਿੱਖੀ ਦੀਆਂ ਗੱਲਾਂ ਕਰਦੇ ਹੋਣਗੇ ਹੁਣ ਵੀ ਕਿਰਪਾ ਕਰੋ ਜਿਹੜੇ ਰਾਗੀ ਸਿੰਘਾਂ ਦੇ ਬੱਚੇ ਕੀਰਤਨ ਕਰਦੇ ਨੇ ਉਹਨਾਂ ਨੂੰ ਬਚਾਓ ਕੀਰਤਨੇ ਬਣਾਓ ਉਹਨਾਂ ਦੇ ਹੁਣ ਵੀ ਪਰਿਵਾਰਾਂ ਚ ਜਿਵੇਂ ਲੇਬਰ ਦਾ ਹਾਲ ਹੈ ਯੂਪੀ ਦੇ ਬਿਹਾਰੀਆਂ ਦਾ ਯੂਪੀ ਦੇ ਬਈਆਂ ਦਾ ਹਾਲ ਹੈ ਹੁਣ ਵੀ ਰਾਗੀਆਂ ਦੇ ਬੱਚਿਆਂ ਦਾ ਇਹ ਹਾਲ ਹੈ ਕਿ ਉਹ ਸਵੇਰੇ ਵਿਚਾਰੇ ਕਮਾਣਗੇ ਤੇ ਸ਼ਾਮ ਨੂੰ ਜਾ ਕੇ ਉਹਨਾਂ ਰੋਟੀ ਖਾਣੀ ਫਿਰ ਸਵੇਰੇ ਕਮਾਉਣਾ ਫਿਰ ਰੋਟੀ ਖਾਣੀ ਇਹ ਸਾਰੀ ਚੀਜ਼ਾਂ ਚੇਂਜ ਹੋ ਕੇ ਇਹੋ ਜਿਹੇ ਬੱਚਿਆਂ ਨੂੰ ਬਚਾਓ ਇਹਦੇ ਨਾਲ ਨਾ ਇਹਦੇ ਨਾਲ ਇੱਕ ਹੋਰ ਚੀਜ਼ ਹੈਗਾ ਕਿ ਦੇਖੋ ਇਹ ਵੱਡਾ ਮਸਲਾ ਹੈ ਦਲੇਰ ਮਹਿੰਦੀ ਦਾ ਇਹ ਕਿੱਸਾ ਕਈ ਗੰਭੀਰ ਸਵਾਲ ਖੜੇ ਕਰ ਗਿਆ ਹੈ ਪੂਰੀ ਸਿੱਖ ਕੌਮ ਅੱਗੇ ਅਤੇ ਸਿੱਖ ਕੌਮ ਦੀਆਂ ਨੁਮਾਇੰਦਾ ਸੰਸਥਾਵਾਂ ਦੇ ਅੱਗੇ ਰਾਗੀ ਸਿੰਘ ਕੀਰਤਨੀਆਂ ਦੀ ਜ਼ਿੰਦਗੀ ਦਾ ਅਸਲ ਕੌੜਾ ਸੱਚ ਬਿਆਨ ਕਰ ਦਲੇਰ ਮਹਿੰਦੀ ਨੇ ਜੋ ਹਕੀਕਤ ਸਭ ਦੇ ਸਾਹਮਣੇ ਲਿਆਂਦੀ ਹੈ ਉਸ ਬਾਰੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦੇ ਕੀ ਅਣਜਾਣ ਹਨ ਦਹਾਕੇ ਪਹਿਲਾਂ ਦੀ ਜੋ ਹਾਲਤ ਬਿਆਨ ਕਰ ਰਹੇ ਨੇ ਅੱਜ ਵੀ ਇਹ ਹਾਲਤ ਬਦਲ ਗਈ ਹੋਵੇਗੀ ਹੋ ਨਹੀਂ ਸਕਦਾ ਧਰਮ ਦੇ ਪ੍ਰਚਾਰ ਪ੍ਰਸਾਰ ਅਤੇ ਗੁਰਬਾਣੀ ਦੇ ਸੰਚਾਰ ਦਾ ਵੱਡਾ ਜ਼ਰੀਆ ਇਹ ਰਾਗੀ ਕੀਰਤਨੀਏ ਕਿਸ ਸ਼ਿੱਦਤ ਨਾਲ ਆਪਣੇ ਪਰਿਵਾਰ ਪਾਲ ਰਹੇ ਹਨ ਅਤੇ ਇਸ ਵੇਲੇ ਵੀ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਸਭ ਕੁਝ ਠੱਪ ਹੋ ਜਾਣ ਤੇ ਕਿਵੇਂ ਆਪਣੇ ਪਰਿਵਾਰਾਂ ਨੂੰ ਪਾਲ ਰਹੇ ਹਨ ਇਹ ਹਕੀਕਤ ਸਾਡੇ ਵੱਲੋਂ ਵੀ ਕਈ ਵਾਰ ਬਿਆਨ ਕੀਤੀ ਗਈ ਹੈ ਤਾਂ ਨੁਮਾਇੰਦਾ ਸਿੱਖ ਸੰਸਥਾਵਾਂ ਨੂੰ ਵੀ ਇਸ ਦੀ ਸਾਰ ਲੈਣ ਦੀ ਲੋੜ ਹੈ
ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।